ਤਲਾ ਇੱਥਾਂ ਕੇ ਰਿਪਟਨ ਲਾਇਨ ਅਸਾਂ ਉੱਤੋਂ ਇੱਥਾਂ ਕੇ ਰਿਪਟਨ ਲਾਇਨ ਸੇ ਅਤੇ ਜਿਹੜਾ ਇਹ ਵਾ ਫਰੀਜ਼ਰ ਪਾਤੇ ਤਾਂ ਅਸਾਂ ਦੇਖੋ ਅਤੇ ਇਹ ਵਾਲਾ ਫਰੀਜ਼ਰ ਅਸਾਂ ਬਿਲਕੁਲ ਜੈਨੂਅਨ ਫਰੀਜ਼ਰ ਪਾਤੇ ਦੇਖੋ ਕੋਈ ਰਿਪਟਾਂ ਗਏ ਨਹੀਂ ਇੱਥਾਂ ਕੇ ਰਿਕਸ਼ਾ ਗਏ ਨਹੀਂ ਜੈਨੂਅਨ ਫਰੀਜ਼ਰ ਪਾਤਾ ਖੜੇ ਜਿਵੇਂ ਜੈਨੂਅਨ ਫਰੀਜ਼ਰ ਮਤਲਬ ਹੁੰਦੇ ਅਤੇ ਬਕਾਇਆ ਇੱਥਾਂ ਕਰ ਸਾਡੇ ਕਨੇ ਫਰਿੱਜ ਬੱਚੇ ਖੜੇ ਨਹੀਂ ਟਾਈਮ ਦੇਖੋ ਇੱਕ ਦੋ ਤਰੇ ਚਾਰ ਫਰਿੱਜ ਬੱਚੇ ਖੜੇ ਨਾਲ ਚਾਰ ਫਰਿੱਜ ਇੱਥਾਂ ਕਰ ਖੜੇ ਨਹੀਂ ਥਾਏ ਅਤੇ ਦੋ ਫਰਿੱਜ ਇਹ ਬਿਲਕੁਲ ਤੀ ਅਸਲਾਮ ਅਲੈਕੁਮ ਕੀ ਹਾਲ ਹੈ ਜੀ ਠੀਕ ਹੋ ਤਾਂ ਵੀਰ ਸਿਆ ਠੀਕ ਹੈ ਮੈਂ ਵਾਜਿਦ ਖਾਨ ਅਤੇ ਤੁਸੀਂ ਮੈਂ ਵੀਡੀਓ ਦੇ ਪਾਏ ਮੇਰੇ ਆਪਣੇ YouTube ਚੈਨਲ ਕਲੰਦਰਾਨੀ ਮੁੰਡਾ ਮਾਰਕ ਗਾਲ ਹੈ ਮੈਂ ਤੁਸੀਂ ਸਮਝਾ ਜਿਵੇਂ ਮੇਰੀ ਦੁਕਾਨ ਦੀ ਥੋੜੀ ਲੁੱਕ ਤਾਂ ਹੀ ਬੇਖਰਾਬ ਜਿਹੜਾ ਇੱਥਾਂ ਕਰ ਦੁਕਾਨ ਦੇ ਵਿੱਚ ਫਰਿੱਜ ਤੇ ਫਰਿੱਜ ਅਸਾਂ ਕਰ ਚੁੜੇ ਫਾਰ ਤੇ ਇਹ ਵਾਲਾ ਫਰਿੱਜ ਦੇਖੋ ਜਨਾਬ ਇਹ ਵਾਲਾ ਫਰਿੱਜ ਸਾਰਾ ਬਿਲਕੁਲ ਮਤਲਬ ਚਾਲੂ ਹੈ ਇਹ ਕੌਣ ਸਟੈਂਡ ਪੈਣ ਦੁਕਾਨ ਦੇ ਵਿੱਚ ਅਸਾਂ ਜਿਹੜਾ ਦੁਕਾਨ ਵਾਲਾ ਫਰਿੱਜ ਵੀ ਆਈ ਉਹ ਅੱਜ ਫਾਰ ਸੇਲ ਕਰ ਛੋੜੇ ਸੇ ਵੀ ਆਏ ਕਾਫੀ ਸਾਰੇ ਫਰਿੱਜ ਖੜੇ ਨੇ ਇਹ ਵਾਲੇ ਫਰਿੱਜ ਬਣਾਉਣੇ ਨੇ ਅਸਾਂ ਅਤੇ ਇੱਥਾਂ ਕੇ ਦੇਖੋ ਕਾਫੀ ਸਾਰਾ ਸਮਾਨ ਵਗੈਰਾ ਪਾਏ ਅਤੇ ਹੁਣ ਇਹ ਵਾ ਫਰਿੱਜ ਅਸਾਂ ਇੱਥੋਂ ਅਗਰ ਚਾਹ ਕੇ ਇਹ ਵੀ ਦੁਕਾਨ ਵਿੱਚ ਸੱਟ ਗਿਨੂੰ ਸਾਰੇ ਨਾਲ ਨਾ ਰਾਸੋ ਵੀਡੀਓ ਬਿਲਕੁਲ ਸਕਿਪ ਨਾ ਕਰੇ ਸੋ ਅਗਰ ਕੋਈ ਦੋ ਸਾਰੇ ਚੈਨਲ 'ਤੇ ਨਵਾਂ ਤਾਂ ਸਾਰੇ ਚੈਨਲ ਕੋ ਜਲਦੀ ਜਲਦੀ ਕਰਕੇ ਨਾ ਸਬਸਕ੍ਰਾਈਬ ਅਤੇ ਵਲਾਗ ਕਰਨ ਮਜ਼ੇਦਾਰ ਵੀਡੀਓ ਸ਼ੁਰੂ ਦੇਖੋ ਜਨਾਬ ਜਿਹੜਾ ਸਾਰਾ ਫਰਿੱਜ ਇੱਥਾਂ ਅਗਰ ਬਾਹਰੋਂ ਪਿਆ ਬਾਹਰੋਂ ਵਾਲਾ ਫਰਿੱਜ ਅਸਾਂ ਚਾਹ ਕੇ ਇੱਥਾਂ ਅਗਰ ਅੰਦਰੋਂ ਚਾਹ ਸਿੱਟੇ ਦੇਖੋ ਅਤੇ ਬਾਹਰੋਂ ਵਾਲਾ ਫਰਿੱਜ ਸਾਰਾ ਬਿਲਕੁਲ ਠੀਕ ਹੈ ਸੇਲ ਅਤੇ ਹੁਣ ਅੰਦਰੋਂ ਮੈਂ ਤਾਂ ਫਰਿੱਜ ਲੁੱਕ ਨਿਕਲਣਾ ਇਹ ਵਾਲੇ ਸਾਰੇ ਫਰਿੱਜ ਦੀ ਲੁੱਕ ਹੀ ਵੇਖਾਂਗੇ ਦੇਖੋ ਬੇਸ ਕੰਪਨੀ ਦਾ ਹੀ ਵੇ ਅਤੇ ਇਹ ਚੈੱਕ ਕਰੋ ਜਨਾਬ ਇਹ ਸਾਰਾ ਫਰਿੱਜ ਵੇ ਅਤੇ ਵੀ ਆ ਈ ਸਾਈਡ ਕਨੇ ਸਾਰਾ ਫਰਿੱਜ ਚੱਲਦਾ ਖੜੇ ਦੇਖੋ ਇਹ ਵਾਲਾ ਫਰਿੱਜ ਸਾਰਾ ਬਿਲਕੁਲ ਚੱਲਦਾ ਖੜੇ ਅਤੇ ਦੇਖੋ ਇਹਦੀ ਲੁੱਕ ਹੀ ਵੇ ਅਤੇ ਇਹ ਸਾਈਡ ਇੱਥਾਂ ਅਗਰ ਖਾ ਲਈ ਤੀ ਕਾਫੀ ਸਾਰੇ ਠੱਡੀ ਠੱਡੀ ਹਵਾ ਲੱਗਦੀ ਪਈ ਇੱਥਾਂ ਅਗਰ ਅਤੇ ਇਹ ਸਾਈਡ ਕਨੇ ਕਾਫੀ ਸਾਰੇ ਫਰਿੱਜ ਖਾਣੇ ਦਾ ਇਹ ਵਾਲੇ ਸਾਰੇ ਫਰਿੱਜ ਮੁਕੰਮਲ ਕਰਨੇ ਤਿਆਰ ਕਰਨੇ ਮੈਂ ਤਕਰੀਬਨ ਦੋ ਤਰੇ ਦਿਨ ਤੱਕ ਲੱਗ ਪਏ ਸਨ ਕਿਉਂਕਿ ਕਾਫੀ ਸਾਰਾ ਕੰਮ ਕਾਰ ਕਰਨਾ ਹੁੰਦਾ ਮੈਂ ਦੇਖੋ ਜਨਾਬ ਟਾਈਮ ਤਕਰੀਬਨ ਤੀਨਾ ਪਿਆ ਸੀ ਕਿਤੇ ਯਾਰ ਤਰੇ ਸਾਢੇ ਤਰੇ ਦਾ ਤਰੇ ਦਾ ਨਾਮ ਮਤਲਬ ਅਢਾਈ ਦਾ ਟਾਈਮ ਤੀਨਾ ਪਿਆ ਸੀ ਅਸਾਂ ਜਿਲਦਾ ਪਿਆ ਮੁਜ਼ੱਫਰਗੜ੍ਹ ਕੋਈ ਕਾਫੀ ਸਾਰਾ ਸਮਾਨ ਗਿਣਦੇ ਫਰਿੱਜ ਤੁਹਾਡੇ ਸਾਹਮਣੇ ਕਾਫੀ ਸਾਰੇ ਇੱਥਾਂ ਅਗਰ ਖੁੱਲੇ ਗਣੇ ਨੇ ਅਤੇ ਦੋ ਸਿਲੰਡਰ ਸਾਡੇ ਕਿਨੇ ਪੈਣ ਥਾ ਸਿਲੰਡਰਾਂ 'ਚ ਗੈਸ ਸਹੀ ਪਿਆ ਖਤਮ ਵੱਲ ਥੋੜ੍ਹੀ ਥੋੜ੍ਹੀ ਗੈਸ ਗਿਣਸੂ ਅਤੇ ਇਹ ਵਾਲਾ ਜਿਹੜਾ ਫਰਿੱਜ ਖੜੇ ਤੀ ਆ ਇਹਦਾ ਅਸਾਂ ਫਰੀਜ਼ਰ ਪਾਉਣੇ ਅਤੇ ਵੀ ਇਹ ਵਾਲਾ ਫਰਿੱਜ ਖੜੇ ਤੀ ਆ ਇਹਦਾ ਹੀ ਅਸਾਂ ਫਰੀਜ਼ਰ ਪਾਉਣੇ ਮੁਕੰਮਲ ਅਤੇ ਹੁਣ ਅਸਾਂ ਜਿਉਂਦੇ ਪਏ ਮੁਜ਼ੱਫਰਗੜ੍ਹ ਫਰੀਜ਼ਰ ਗਿਣਦੇ ਆਏ ਇੱਥਾਂ ਕੇ ਦੇਖੋ ਚਾਰ ਪੰਜ ਫਰਿੱਜ ਖੜੇ ਤਾਂ ਇਹਨਾਂ ਦਾ ਕੰਮ ਕਾਰ ਕਰਨੇ ਅਸਾਂ ਆਲ ਸ਼ਬਾਦ ਜਿਹਨੂੰ ਤਿਆਰ ਹੈ ਰੈਡੀ ਹੈ ਸਜਾਵਲ ਤੂੰ ਖੜਦਾ ਹੀ ਤਾਂ ਕਰਿਆ ਚਲੋ ਦੁਕਾਨਾਂ ਦੇ ਵੱਲ ਕਾਬੂ ਠੀਕ ਹੈ ਠੀਕ ਹੈ ਅਸਾਂ ਵੱਲ ਮੁਜ਼ੱਫਰਗੜ੍ਹ ਉੱਥੇ ਆ ਜਾਵਾਂ ਗਾਹਕ ਵੱਲ ਜੇ ਆਵੇ ਉਹ ਕਿੱਥੇ ਆਪਣੇ ਓਕੇ ਦੇਖੋ ਜਨਾਬ ਕਾਫੀ ਸਾਰਾ ਸਮਾਨ ਪਾਏ ਵਾਲਾ ਸਮਾਨ ਗਿਣਨਾ ਹੈ ਅਸਾਂ ਇਹ ਦੋ ਸ਼ੀਟਾਂ ਗਿਣਨਾ ਹੈ ਦੇਖੋ ਫਰੀਜ਼ਰ ਹੈ ਦੋ ਅਤੇ ਇਹਨਾਂ 'ਚ ਗੈਸ ਪਵਾ ਹੈ ਅਤੇ ਇਹ ਪੇਟੀਆਂ 'ਚ ਕਾਫੀ ਸਾਰਾ ਸਮਾਨ ਗਿਣਨਾ ਹੈ ਅਤੇ ਇਹ ਵਾ ਕੰਪਰੈਸਰ ਗਿਣਨਾ ਹੈ ਇਹ ਵਾਲਾ ਅਸਾਂ ਕੰਮ ਕਾਰ ਕਰਨੇ ਕਾਫੀ ਸਾਰੇ ਫਰਿੱਜ ਖਾਣੇ ਅਤੇ ਬਾਹਰੋਂ ਅਤੇ ਇੱਕ ਫਰੀਜ਼ਰ ਪਾਉਣੇ ਅਸਾਂ ਇਹਦਾ ਅਤੇ ਵੀਹ ਫਰੀਜ਼ਰ ਪਾਉਣੇ ਅਸਾਂ ਉਹ ਦੂਜੇ ਫਰਿੱਜ ਦਾ ਅਸਾਂ ਕੰਮ ਕਾਰ ਕਰ ਗਏ ਕੱਪੜੇ ਤਬਦੀਲ ਕਰ ਗਏ ਅਸਾਂ ਵਾਲ ਫਰਿੱਜ ਬਣੇ ਹੈ ਦੇਖੋ ਜਨਾਬ ਇਹ ਵਾ ਇੱਕ ਫਰੀਜ਼ਰ ਤਾਂ ਅਸਾਂ ਬਿਲਕੁਲ ਪਾ ਕੇ ਦੇ ਮੈਂ ਇਹ ਟਾਈਮ ਦੇਖੋ ਪਹਿਲਾਂ ਲਾਈਕਣਾ ਚੋਲਾ ਵਗੈਰਾ ਲਾ ਕੇ ਅਤੇ ਗਰਮੀ ਕੋਲ ਆਈ ਅਤੇ ਇਹ ਵਾਲਾ ਫਰੀਜ਼ਰ ਅਸਾਂ ਬਿਲਕੁਲ ਪਾ ਕੇ ਤੇ ਦੇਖੋ ਅਤੇ ਇਹ ਵਾਲਾ ਫਰੀਜ਼ਰ ਅਸਾਂ ਹਾਲੇ ਪਾਉਣੇ ਇਹ ਵਾ ਫਰੀਜ਼ਰ ਅਸਾਂ ਪਾਉਣੇ ਉਹ ਪੇਪਰਲੇ ਫਰਿੱਜ ਹੈ ਜੀ ਅਤੇ ਇਹ ਜਿਹੜਾ ਸਾਡਾ ਇੱਥਾਂ ਗਿਰ ਇੱਕ ਦੋ ਇਹ ਜਿਹੜਾ ਤੀਜਾ ਫਰਿੱਜ ਸਾਰਾ ਖੜੇ ਤੀ ਤੀਜਾ ਫਰਿੱਜ ਚੱਲਦਾ ਪਏ ਤੀਜਾ ਫਰਿੱਜ ਗੈਸ ਹੀ ਪਾਜਦਾ ਪਏ
ਫਾਈਨਲੀ ਜਨਾਬ ਦੇਖੋ ਫਰਿੱਜ ਤਾਂ ਅਸਾਂ ਬਿਲਕੁਲ ਤਿਆਰ ਕਰਕੇ ਦੇਣ, ਤਕਰੀਬਨ ਉਹੀ ਫਰਿੱਜ ਅਸਾਂ ਤਿਆਰ ਕਰਕੇ ਦੇਣ। ਇਹ ਵਾਲਾ ਫਰਿੱਜ ਦੇਖੋ, ਇਹ ਵਾਲਾ ਫਰਿੱਜ ਅਸਾਂ ਬਿਲਕੁਲ ਹੁਣ ਤਿਆਰ ਕੀਤੇ, ਇਹ ਵਾਲਾ ਸਾਡਾ ਫਰਿੱਜ ਬਿਲਕੁਲ ਤਿਆਰ ਤੀਆ ਖੜੇ ਤੇ ਬਈਆ ਇਹ ਸਾਈਡ ਕਨੇ ਚੱਲਦਾ ਖੜੇ। ਇਹ ਵਾਲਾ ਫਰੀਜ਼ਰ ਦੇਖੋ, ਇਹ ਵਾਲਾ ਅਸਾਂ ਇਹਦਾ ਫਰੀਜ਼ਰ ਪਾਤੇ ਸੇ ਬਿਲਕੁਲ ਉੱਤੇ, ਇੱਥਾਂ ਕੇ ਰਿਪਟਾਂ ਲਾਏ ਸੇ, ਉੱਥੋਂ ਬੈਂਡ ਉੱਥੋਂ ਬੈਂਡ ਕੀਤੇ ਸੇ। ਇਹ ਵਾਲਾ ਫਰੀਜ਼ਰ ਦੇਖੋ ਅਸਾਂ ਇੱਥਾਂ ਕੇ ਪਾਤੇ ਸੇ, ਹੁਣ ਪਹਿਲਾਂ ਇੱਥਾਂ ਕੇ ਰਿਪਟਾਂ ਲਾਏ ਨੇ ਅਸਾਂ, ਉੱਤੋਂ ਇੱਥਾਂ ਕੇ ਰਿਪਟਾਂ ਲਾਏ ਸੇ। ਅਤੇ ਜਿਹੜਾ ਇਹ ਵਾ ਫਰੀਜ਼ਰ ਪਾਤੇ ਤਾਂ ਅਸਾਂ ਦੇਖੋ, ਅਤੇ ਇਹ ਵਾਲਾ ਫਰੀਜ਼ਰ ਅਸਾਂ ਬਿਲਕੁਲ ਬਿਲਕੁਲ ਜੈਨੂਅਨ ਫਰੀਜ਼ਰ ਪਾਤੇ ਦੇਖੋ, ਕੋਈ ਰਿਪਟਾਂ ਗਏ ਨਹੀਂ, ਇੱਥਾਂ ਕੇ ਰਕਸ਼ਾ ਗਏ ਨਹੀਂ, ਜੈਨੂਅਨ ਫਰੀਜ਼ਰ ਪਾਤਾ ਖੜੇ, ਜਿਵੇਂ ਜੈਨੂਅਨ ਫਰੀਜ਼ਰ ਮਤਲਬ ਹੁੰਦੇ। ਅਤੇ ਬਕਾਇਆ ਇੱਥਾਂ ਕਰ ਸਾਡੇ ਕਨੇ ਫਰਿੱਜ ਬੱਚੇ ਖੜੇ ਨਹੀਂ, ਟਾਈਮ ਦੇਖੋ ਇੱਕ ਦੋ ਤਰੇ ਚਾਰ ਫਰਿੱਜ ਬੱਚੇ ਖੜੇ, ਨਾਲੇ ਚਾਰ ਫਰਿੱਜ ਇੱਥਾਂ ਕਰ ਖੜੇ ਥਾਏ, ਅਤੇ ਦੋ ਫਰਿੱਜ ਇਹ ਬਿਲਕੁਲ ਤਿਆਰ ਥਾਏ ਖੜੇ। ਇਹ ਵਾਲੇ ਫਰਿੱਜ ਅਸਾਂ ਜੁਲਦੇ ਪਏ ਹੁਣ ਅਸਲੋਂ ਪਹੁੰਚਾਵਣ, ਅਤੇ ਇਹ ਵਾਲੇ ਅਸਾਂ ਦੋ ਫਰਿੱਜ ਪਹੁੰਚਾਉਂਦੇ ਹਾਂ ਵੱਲ, ਉਹ ਬਾ ਤਕਰੀਬਨ ਫਰਿੱਜ ਬਣਾਉਣੇ ਨੂੰ। ਅਤੇ ਇਹ ਵਾਲਾ ਦੇਖੋ ਫਰਿੱਜ ਬਿਲਕੁਲ ਹੀ ਚੱਲਦਾ ਪਏ, ਟਾਈਮ ਦੋ ਚਾਰ ਪੁਆਇੰਟ ਖਾਂਦਾ ਪਏ। ਇਹ ਸਾਡੇ ਦੋਹੀਆਂ ਫਰਿੱਜ ਹੋ ਕੇ ਥਾਏ ਖੜੇ, ਫਰਿੱਜ ਬਣਾ ਬਣਾ ਅਸਾਂ ਜਲੀਲੋ ਖੁਆਰ ਥਾਏ ਪਏ ਹਾਂ। ਫਜ਼ੇ ਨਾਲ ਇੱਕ ਸੁਬਹ ਨਾਲ ਬੰਦਾ ਹੈ ਮੇਰੇ ਨਾਲ, ਬੰਦਾ ਹੈ ਕੌਖਾ ਤੀ ਪਾਉਂ ਆ ਕੇ, ਜਿਹਨੂੰ ਮੈਂ ਸਵੇਰੇ ਫਰਿੱਜ ਬਣਾ ਦੇ ਹਰ ਹਾਲ ਹੈ। ਉਹਦਾ ਫਰਿੱਜ ਕੋਲ ਆਏ ਤਕਰੀਬਨ ਪੰਜ ਡੇ ਥੀ ਗਏ, ਉਹ ਆ ਕੇ ਜਿਹਨੂੰ ਪੰਜ ਡੇ ਥੀ ਗਏ, ਅਜਾ ਤੁਣੀ ਜਿਹਨੂੰ ਤਾਂ ਨਹੀਂ ਬਣਾਇਆ। ਮੈਂ ਤਾਂ ਕਹਿੰਦਾ ਯਾਰ ਇੱਥਾਂ ਕਰ ਕੰਮ ਕਾਫੀ ਸਾਰਾ ਕੋਹੜ ਹੁੰਦਾ, ਤਾਂ ਵਾਸਤੇ ਮੈਂ ਉਹ ਆ ਕੇ ਮੈਂ ਕਿਹਾ ਜਾਣੀ ਤਕਰੀਬਨ ਚੈਸ ਦੋ ਤਰਾਏ ਜਵਾਨ ਮੈਂ ਇਹ ਫਰਿੱਜ ਤੱਕ ਬਾਅਦ 'ਤੇ ਦੇ ਸੂ, ਕੋਈ ਨਾ ਜਿਹਨੂੰ ਮੈਂ ਸਵੇਰੇ ਫਰਿੱਜ 'ਚ ਆਵੇ ਤਾਂ ਬਣਿਆ ਖੜਾ ਸੀ, ਤਾਂ ਭਾਵੇਂ ਕਹਿੰਦਾ ਬਣਿਆ ਖੜਾ ਸੀ। ਇਹ ਹੁਣ ਸਾਡਾ ਹਾਲ ਹੀ ਦੇਖੋ, ਗਰਮੀ ਕਨੇ ਪਗਰੋ ਪਾਣੀ ਥਾਏ ਬੈਠੇ ਹਾਂ, ਅਤੇ ਥੋੜ੍ਹਾ ਜਿਹਾ ਸਾਡਾ ਇੱਥੇ ਬਾਹਰੋਂ ਤਾਂ ਮਾਸ਼ਾਅੱਲਾ ਵਿਊ ਹੀ ਦੇਖੋ। ਇਹ ਮੇਰੇ ਮੋਬਾਈਲ ਦੀ ਜ਼ੂਮ ਚੈੱਕ ਕਰੋ, ਜ਼ੂਮ ਕਿੱਦਾਂ ਥੀ ਨਹੀਂ ਹੈ ਦੇਖੋ ਜਨਾਬ, ਦੇਖੋ ਜਨਾਬ ਇੱਥਾਂ ਗਿਰ ਕਾਫੀ ਸਾਰੇ ਫਰਿੱਜ ਕਣੇ ਥਾਏ। ਇਹ ਫਰਿੱਜ ਦਾ ਇੱਥਾਂ ਗਿਰ ਅਸਾਂ ਕੀਤਾ ਜੀ ਆਪਰੇਸ਼ਨ, ਦੇਖੋ ਇੱਥਾਂ ਗਿਰ ਕੋ ਕਾਫੀ ਸਾਰਾ ਅਸਾਂ ਕੱਚਾ ਹੀ ਕੱਢ ਕੇ ਆਪਰੇਸ਼ਨ ਕੀਤਾ ਸੀ, ਅਤੇ ਬਈਆ ਇਹ ਵਾਲਾ ਸਾਰਾ ਫਰਿੱਜ ਬਿਲਕੁਲ ਤਿਆਰ ਖੜੇ ਥੀ, ਅਤੇ ਇਹ ਬਾ ਫਰਿੱਜ ਬਿਲਕੁਲ ਤਿਆਰ ਖੜੇ। ਠੀਕ ਹੈ ਸ਼ਬਾਲ, ਇਹ ਹਾਲ ਫਰਿੱਜ ਦੀ ਗੈਸ ਪੂਰੀ ਹੈ ਯਾ, ਚਲੋ ਅੱਛਾ ਸਿਲੰਡਰ ਕਨੇ ਖੋਲ ਕੇ ਨਹੀਂ ਦੋ ਗੈਸ, ਦੇਖੀ ਸਹੀ ਗੈਸ ਪੂਰੀ ਹੋਵੇ ਵੱਲ, ਚਲੋ ਚਲੋ ਖੋਲ ਕੇ ਨਹੀਂ ਦੋ, ਖੋਲ ਕੇ ਨਹੀਂ ਦੋ, ਲੈਂਥ ਕਨੇ ਜਲਦੀ ਖੋਲ, ਜਲਦੀ 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 ਬਸ ਓਕੇ ਯਾਰ, ਕੈਪ ਚਾਹ ਕੇ ਕੈਪ ਚੜਾ ਖੜਾ ਜੋ ਤੈਂ। ਅਗਰ ਕਈ ਦੋਸਤ ਸਾਗੂ ਟਿਕ ਟਾਕ ਦੇ ਉੱਤੇ ਲਾਈਕ ਅਤੇ ਫਾਲੋ ਕਹਿ ਨਹੀਂ ਕੀਤਾ, ਤਾਂ ਸਾਗੂ ਟਿਕ ਟਾਕ 'ਤੇ ਸਰਚ ਮਾਰ ਕੇ ਕਲੰਦਰਾ ਨੇ ਮੁੰਡਾ ਟੂ, ਉੱਥਾਂ ਗਿਰ ਸਾਰੀਆਂ ਮਜ਼ੇ ਮਜ਼ੇ ਜਾਂ ਵਲੋਗ ਆਉਂਦੇ ਨੇ, ਉੱਥਾਂ ਗਿਰ ਬਣ ਕੇ ਸਾਰੇ ਵਲੋਗ ਦੇਖਿਆ ਕਰੋ, ਬਲਕਿ ਵਲੋਗ ਨਾ ਉੱਥਾਂ ਗਿਰ ਸਾਰੀਆਂ ਟਿਕ ਟਾਕ ਹੋ ਸਨ, ਟਿਕ ਟਾਕ ਦੇ ਉੱਤੇ ਗਰਮੀ ਕਿੰਨੇ ਸਾਡਾ ਚੇਤਾ ਰਿਲ ਜਾਕੜੇ ਠੀਕ ਹੈ ਸੰਗਤ, ਸਾਰੇ ਨਾਲ ਨਾ ਰਸੋ ਅਸਾਂ ਜੁਲਦੇ ਹਾਂ, ਬਾ ਫਰਿੱਜ ਪੁੱਛੇ ਨੇ ਬਾਏ ਵੱਲ ਤਕਰੀਬਨ ਦੋ ਤਰਾਏ ਫਰਿੱਜ ਖੜੇ ਹੁੰਦੇ, ਉਹ ਵੀ ਵਾਪਸੀ ਦੇ ਵੱਲ ਤਕਰੀਬਨ ਸ਼ਾਮ ਦਾ ਅੱਜ ਦੋ ਤਰਾਏ ਫਰਿੱਜ ਪੁੱਛਵੇ ਨੇ ਉਹਨਾਂ ਦੇ ਕੰਮ। ਠੀਕ ਹੈ ਸਾਡੇ ਕਿਨੇ ਕੋਹੜ ਤੇ ਹੁਣ ਨਵਾਂ ਕੰਮ ਸਾਡੇ ਕਿਨੇ ਸੰਭਲਿੰਦਾ ਨਹੀਂ ਪਿਆ ਫਿਲਹਾਲ, ਦੋਨੇ ਕਿਆ ਕਰੇ ਨੇ ਖੜੇ ਜੇ ਪਹਿਲੇ ਜਨਾਬ, ਉਹ ਫਰਿੱਜ ਤਾਂ ਅਸਾਂ ਬਿਲਕੁਲ ਪੁੱਛਾਏ ਹਾਂ, ਤੇ ਇਹ ਬਾ ਫਰਿੱਜ ਸਾਰਾ ਬਿਲਕੁਲ ਤਿਆਰ ਥੀ ਆਕੜੇ ਦੇਖੋ, ਸ਼ਬਾਦ ਆ ਫਰਿੱਜ ਕੋ ਬੰਦ ਥੀ ਆ, ਲਾਈਟ ਗਿਆ ਨਹੀਂ ਜਾ, ਲਾਈਟ ਗਿਆ ਨੇ, ਇੱਥਾਂ ਕੇ ਦੇਖੋ ਜਨਾਬ ਫਰਿੱਜ ਦੇ ਉੱਤੇ ਕਾਫੀ ਸਾਰਾ ਸ਼ਾਪਰ ਖੜੇ ਸੀ, ਅਸਾਂ ਸ਼ਾਪਰ ਕੋ ਇੱਥਾਂ ਪਟਕੀ ਨੂੰ
ਦੇਖੋ ਇੱਕ ਮਿੰਟ ਸ਼ਬਾਸ਼ ਇੱਕ ਮਿੰਟ ਦੇਖੋ ਜਨਾਬ ਇਹ ਬਿਲਕੁਲ ਹੀ ਨਵਾਂ ਫਰਿੱਜ ਹੈ ਨਵਾਂ ਹੈ ਸ਼ਾਹਪਰੀ ਦਾ ਪੱਟੂ ਜਾ ਦੇਖੋ ਇਹ ਬਿਲਕੁਲ ਹੀ ਜ਼ੀਰੋ ਫਰਿੱਜ ਹੈ ਅਤੇ ਇਹ ਨੇ ਸ਼ਾਹਪਰ ਖੜੇ ਦਿਆ ਸ਼ਾਹਪਰ ਖੜ ਸ਼ਬਾਜ ਜਨਾਬ ਦੇਖੋ ਇੱਥਾਂ ਗਿਰ ਕੱਲ੍ਹ ਫਰੀਜ਼ਰ ਪਾਤੇ ਅਸਾਂ ਅਤੇ ਤਾਂ ਵਾਸਤੇ ਕਚਰਾ ਨਿਕਲਦਾ ਪਿਆ ਵਿੱਚ ਦੇਖੋ ਜਨਾਬ ਅਤੇ ਬਕਾਇਆ ਇੱਥਾਂ ਗਿਰ ਸ਼ਾਹਪਰ ਖੜੇ ਥੇ ਕੋਈ ਥੋੜ੍ਹਾ ਜਿਹਾ ਕੱਟ ਕਿਨੂੰ ਤਾਂ ਕਿ ਵਾਹ ਲੋਕ ਤੇਨਾ ਪੱਟੀ 'ਚ ਦੇ ਪਵੇ ਅੱਛਾ ਸ਼ਬਾਦ ਇਹ ਬਾਫਰੇ ਤੂੰ ਪਹੁੰਚਾਉਣ ਦੀ ਬੈਸ ਜਾ ਵਾਲੀ ਲੈ ਫੋਨ ਮਗਾ ਰਹੀ ਨਾ ਫੋਨ ਕਰਾ ਲੈ ਕਿਆ ਦਿਨ ਫੋਨ ਲੈ ਸਜਾ ਵਾਲ ਕੀ ਦੇ ਚਲੋ ਠੀਕ ਹੈ ਇਹ ਬਸ ਸਾਡਾ ਫਰਿੱਜ ਤਿਆਰ ਠੀਕ ਹੈ ਬਕਾਇਆ ਭੱਜਿਆ ਪੈਣ ਸਾਡੇ ਵੀ ਤਰਾਏ ਫਰਿੱਜ ਦੇਖੋ ਇੱਕ ਫਰਿੱਜ ਇੱਕ ਡੱਬੀਆ ਫਰਿੱਜ ਇੱਕ ਡੱਬੀਆ ਇਹ ਬਲਕਿ ਚਾਰ ਫਰਿੱਜ ਕਰਨ ਦਾ ਹੈ ਉਹਦੇ ਬਾਅਦ ਬਾਹਰ ਹੀ ਲੈਣੇ ਪਏ ਅਸਾਂ ਇੰਨੇ ਡੂ ਫਰਿੱਜਾਂ ਦੀ ਇਹ ਬੇਦੀ ਅਤੇ ਇਹ ਬੇਦੀ ਇਹ ਬੇਡੂ ਤਿਆਰ ਕਰਕੇ ਨੂੰ ਮਾਲ ਉਹ ਬੇਡੂ ਤਕਰੀਬਨ ਸਵੇਰੇ ਤਿਆਰ ਕਰੇ ਸੋ ਅਸਾਂ ਸਾਡੇ ਨਾਲ ਨਾਲ ਅਸੀਂ ਵੀਡੀਓ ਬਿਲਕੁਲ ਸਕਿਪ ਨਾ ਕਰੇ ਸੋ ਅਸਾਂ ਮਤਲਬ ਹਰ ਜਾ ਤੇ ਵੀਡੀਓ ਕਹਿਣ ਤੇ ਬਣੇ ਨੇ ਮੁਫਤ ਸਿਰ ਵੀਡੀਓ ਬਣੇ ਨੇ ਕੰਮ ਦੇ ਵੇਲੇ ਅਵਾਰੇ ਵਿਲੇ ਟਾਈਮ ਅਸਾਂ ਵੀਡੀਓ ਕਹਿਣ ਤੇ ਬਣੇ ਨੇ ਇਵਨ ਸ਼ਬਾਸ਼ ਖਾਨ ਲੱਗਦਾ ਤਾਂ ਸੋਹਣਾ ਹੋਣੇ ਅੱਜ ਆਰਾਮ ਨਾਲ ਚਾਹ ਕੇ ਜੀ ਲੋ ਦੇਖੋ ਜਨਾਬ ਇਹ ਤਕਰੀਬਨ ਦੂਜਾ ਤੀਜਾ ਫਰਿੱਜ ਚਾਹ ਤੀ ਵੇ ਤੇ ਹੁਣ ਇਹ ਵਾ ਫਰਿੱਜ ਜਿੱਥਾਂ ਗਿਰ ਖੜਾਏ ਵੀ ਇਹ ਵਾ ਫਰਿੱਜ ਜਿੱਥਾਂ ਗਿਰ ਚੱਲਦਾ ਗੜੇ ਦੇਖੋ ਇਹਦੇ ਵਿੱਚ ਬੋਤਲਾਂ ਵਗੈਰਾ ਚਾਹ ਸਿੱਟਣ ਮੈਂ ਅਤੇ ਇੱਥਾਂ ਗਿਰ ਸਟੈਪਲਾਈਜ਼ਰ ਲੱਗੇ ਪੈਣ ਦੂ ਉਤਰਾਏ ਅਤੇ ਦੇਖੋ ਫਰਿੱਜ ਸਾਰਾ ਚੱਲਦਾ ਪਏ ਅਤੇ ਹੁਣ ਫਿਲਹਾਲ ਬਾਰਾ ਆ ਗਿਆ ਹੀ ਫਰਿੱਜ ਦਾ ਇਹ ਵੀ ਫਰਿੱਜ ਕੋ ਤਿਆਰ ਕਰਕੇ ਨੂੰ ਉਹ ਵਾ ਫਰਿੱਜ ਪੁੱਛਾਈ ਉਹਦੇ ਵੱਲ ਕਾਫੀ ਸਾਰਾ ਅਸਾਂ ਕੰਮ ਕਾਰ ਕਰਨਾ ਹੈ ਦੇਖੋ ਜਨਾਬ ਟਾਈਮ ਤਕਰੀਬਨ ਤਿੰਨ ਪੀ ਅਸੀਂ ਸ਼ਾਹ ਦਾ ਅਸਾਂ ਤਰਾਏ ਚਾਰ ਫਰਿੱਜ ਪੁੱਛਾਏ ਬਣਾਉਣੇ ਹਨ ਬਣਾਏ ਸੇ ਅਤੇ ਹੁਣ ਦੇਖੋ ਇੱਥਾਂ ਗਿਰ ਜਿਹੜੀ ਸਾਰੀ ਜਗ੍ਹਾ ਖੜੀ ਹੈ ਜਗ੍ਹਾ ਕਾਫੀ ਸਾਰੀ ਖਾਲੀ ਤਾਈ ਖੜੀ ਹੈ ਦੇਖੋ ਇਹ ਤਕਰੀਬਨ ਇੱਥਾਂ ਗਿਰ ਦੋ ਫਰਿੱਜ ਕਣੇ ਥਾਏ ਇਹ ਅਸਾਂ ਦੋ ਫਰਿੱਜ ਬਣਾਉਣੇ ਨਾਲੇ ਅਤੇ ਇਹ ਸਾਈਡ ਕਿਨੇ ਫਟਾ ਟੱਪਦਾ ਪਿਆ ਸਲੰਸਰ ਕਹਿ ਨਹੀਂ ਹੁੰਦਾ ਦੇਖੋ ਅਤੇ ਅਸਾਂ ਹੁਣ ਇਹ ਟਾਈਮ ਖਾਣਾ ਖਾ ਕੇ ਨੂੰ ਬਿਸਮਿਲਲਾਹ ਰਹਿਮਾਨ ਰਹੀਮ ਹੱਥੇ ਮੈਂ ਜਿਹਨੇ ਪਸੀਨਾ ਦੇਖੋ ਪੱਕੋ ਬਿਸਮਿਲਲਾਹ ਰਹਿਮਾਨ ਰਹੀਮ ਇਹਨੂੰ ਖਾ ਕੇ ਨਾ ਰਾਤ ਹੀ ਤਕਰੀਬਨ ਅਸਾਂ 12-1 ਵਜੇ ਦੁਕਾਨ ਬੰਦ ਕੀਤੀ ਅੱਜ ਹੀ ਹੁਣ ਤਕਰੀਬਨ 10 ਦਾ ਟਾਈਮ ਥੀਂਦਾ ਪਿਆ ਅਸਾਂ ਦੀ ਦੁਕਾਨ 'ਤੇ ਬੈਠੇ ਆਉਂਦਾ ਹੈ ਪਰੇਸ਼ਾਨ ਤਾਂ ਨਹੀਂ ਵੇ ਬੈਠੇ ਚਲੋ ਇੱਥੇ ਕਿੰਨਾ ਰੋਟੀ ਖਾ ਕੇ ਨਾ ਵਾ ਦੇਖੋ ਜਨਾਬ ਟਾਈਮ ਤਕਰੀਬਨ ਕਾਫੀ ਸਾਰਾ ਢੇਰ ਥੀ ਗਿਆ ਅਸੀਂ ਅਸਾਂ ਇਹ ਵਾਲਾ ਫਿਰ ਤਿਆਰ ਕਰਕੇ ਅਤੇ ਦੇਖੋ ਡੋਲੈਂਸ ਕੰਪਨੀ ਦਾ ਹੈ ਅਤੇ ਇਹ ਹੁਣ ਤਿਆਰ ਥੀ ਆ ਖੜੇ ਟਾਈਮ ਚੱਲਦਾ ਖੜੇ ਅਤੇ ਇੱਥੋਂ ਅਗਰ ਪਿੱਛੋਂ ਹੀ ਟਾਈਮ ਵਾਲੀ ਗੈਸ ਵਗੈਰਾ ਆਉਂਦੀ ਥੋੜ੍ਹਾ ਜਿਹਾ ਪਹੁੰਚਦਾ ਖੜੇ ਦੇਖੋ ਅਤੇ ਅਸਾਂ ਗੈਸ ਵਗੈਰਾ ਪੈਂਦੇ ਹਾਂ ਇੱਕ ਦੁਕਾਨ ਅਸਾਂ ਬੰਦ ਕਰ ਦਿੱਤੀ ਹੈ ਅਤੇ ਬਈ ਦੁਕਾਨ ਅਸਾਂ ਬੰਦ ਕਰਨੇ ਅਤੇ ਛੋਟਾ ਮੋਬਾਈਲ ਮੇਰਾ ਚਾਰਜਰ 'ਤੇ ਲੱਗਾ ਪਿਆ ਛੋਟਾ ਮੋਬਾਈਲ ਹੀ ਅਸਾਂ ਚਾਰਜਰ 'ਤੇ ਲੈਣੇ ਹੈ ਛੋਟੇ ਮੋਬਾਈਲ ਦੀ ਬੈਟਰੀ ਕਹਿਣਾ ਹੈ ਇਹ ਲੇਕਿਨ ਇਹ ਟਾਈਮ ਚਾਰਜਰ ਲਾਉਗੀ ਨਾ ਇਹ ਹੀ ਹੈ ਮੇਰਾ ਛੋਟਾ ਮੋਬਾਈਲ ਲੈ ਕੋ ਟਾਈਮ ਤਕਰੀਬਨ ਥੀ ਨਾ ਪਿਆ 10:30 ਦਾ ਦੇਖੋ ਜਨਾਬ ਇਹ ਸਾਈਡ ਕਿ ਨਡੂ ਸਟੈਪਲਾਈਜ਼ਰ ਚੱਲਦੇ ਪੈਣੇ ਨੇ ਸਟੈਪਲਾਈਜ਼ਰਾਂ ਦੇ ਉੱਤੇ ਬਾਹਰੋਂ ਡੂ ਫਰਿੱਜ ਚੱਲਦੇ ਪੈਣ ਜਿਵੇਂ ਜੇ ਤੁਹਾਨੂੰ ਪਤਾ ਬਿਜਲੀ ਸਾਰੇ ਕਿਨੇ ਘੱਟ ਹੁੰਦੀ ਹੈ ਸਟੈਪਲਾਈਜ਼ਰ ਲਾਸਟ ਇਹਨਾਂ ਦਾ ਤਾਂ ਸਾਰੇ ਕਿਨੇ ਫਰਿੱਜ ਚੱਲਦੇ ਨੇ ਦੇਖੋ ਜਨਾਬ ਇਹ ਕੀ ਵਾਲਾ ਫਰਿੱਜ ਚੱਲਦਾ ਖੜੇ ਸਾਡਾ ਵੀ ਆ ਇਹ ਵਾਲਾ ਫਰਿੱਜ ਚੱਲਦਾ ਖੜੇ ਅਤੇ ਅੱਜ ਦੀ ਵੀਡੀਓ ਦਾ ਥੈਂਕ ਯੂ ਕਰਨ ਦੇ ਪੈਂਡ 'ਤੇ ਵਾਲੇ ਇਨਸ਼ਾਅੱਲਾ ਕਈ ਚੰਗੀਆਂ ਵੀਡੀਓ ਨਾਲ ਮਿਲਦੀ ਸਵੇਰੇ ਅਤੇ ਫਿਲਹਾਲ ਖੁਦਾ ਹਾਫਿਜ਼।